ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ, 50,000 ਦੇ ਨੇੜੇ ਤੇੜੇ ਪੌਣੇ 3 ਸਾਲਾਂ 'ਚ ਨੌਕਰੀਆਂ ਦੇ ਚੁੱਕਿਆ ਸੀ, ਔਰ ਇੱਕ ਵੀ ਬੰਦਾ ਉਹਦੇ 'ਚੋਂ ਉੱਠ ਕੇ ਕਹਿ ਦੇ ਕਿ ਇੱਕ ਰੁਪਈਆ ਲੱਗਿਆ ਸਾਡਾ ਸਿਫਾਰਿਸ਼ 'ਤੇ, ਜਾਂ ਕਿਸੇ ਮੰਤਰੀ ਨਹੀਂ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ, ਫਲਾਨੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ, ਇੱਕ ਬੰਦਾ ਕਹਿੰਦੇ ਉੱਠ ਕੇ ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ। ਔਰ ਬਿਜਲੀ ਬੋਰਡ ਤਾਂ ਖਾਸ ਤੌਰ 'ਤੇ ਲਾਈਫ ਲਾਈਨ ਹੈ ਪੰਜਾਬ ਦੀ, ਅਸੀਂ ਆਉਣ ਸਾਰ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ, ਅਕਤੂਬਰ 'ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ, ਝਾਰਖੰਡ ਦੇ ਵਿੱਚ ਹੈ ਜੀ ਉਹ ਪਛਵਾੜਾ, ਅਸੀਂ ਕਿਹਾ ਸਾਡੇ ਕੋਲ ਜਦੋਂ ਕੋਲੇ ਦੀ ਖਾਨ ਹੈ ਆਪਾਂ ਇੱਧਰੋਂ ਉੱਧਰੋਂ ਕਿਉਂ ਲੈਂਦੇ ਹਾਂ, ਉਹ ਇੱਧਰੋਂ ਉੱਧਰੋਂ ਤਾਂ ਲੈਂਦੇ ਸੀ, ਉਹਨਾਂ ਨੂੰ ਇੱਧਰੋਂ ਉੱਧਰੋਂ 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 ਹੋ ਜਾਂਦਾ ਸੀ। ਆਪਦੀ ਮਿੱਲ ਚਲਾਈਏ ਯਾਰ, ਆਪਦੀ ਜਿਹੜੀ ਹੈ ਖਾਨ ਚਲਾਈਏ ਚੱਲਦੀ ਹੈ, ਅਤੇ ਕੋਲਾ ਆ ਗਿਆ ਤਾਂ ਸਾਡੇ ਕੋਲ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ GVK ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ, ਅਸੀਂ ਕਿਹਾ ਕਰੋ ਗੱਲ ਸਾਡੇ ਨਾਲ, ਫਿਰ ਸਾਡੇ ਕੋਲ ਕੋਲਾ ਹੈਗਾ। ਪਹਿਲੀ ਵਾਰ ਹੋਇਆ ਨੇ ਆ ਕੇ ਗੌਰਮੈਂਟਾਂ ਨਾ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ, ਦੋਸਤਾਂ ਮਿੱਤਰਾਂ ਨੂੰ, ਅਸੀਂ ਉਲਟਾ ਕੀਤਾ, ਅਸੀਂ ਪ੍ਰਾਈਵੇਟ ਅਦਾਰਾ ਖਰੀਦਿਆ 540 MW ਦਾ ਚੱਲਦਾ ਪਲਾਂਟ ਅਸੀਂ ਲਿਆ 1080 ਕਰੋੜ 'ਚ, ਬਹੁਤ ਸਸਤਾ ਸੌਦਾ ਜੀ ਚੱਲਦਾ, ਨਾਲੇ ਜੇ ਉਸ ਤਰ੍ਹਾਂ ਦਾ ਲਾਉਣਾ ਹੋਵੇ ਅੱਜ 4 ਸਾਲ ਲੱਗਣਗੇ ਅਤੇ ਉਹਦੀ ਕੀਮਤ ਹੋਊਗੀ 8,35,00,000 ਰੁਪਇਆ ਪਰ ਯੂਨਿਟ, ਜਿਹੜੀ ਕਿ ਆਪਾਂ ਨੂੰ ਹੁਣ 2 ਕਰੋੜ ਪਰ ਯੂਨਿਟ ਪਈ ਹੈ, ਯਾਨੀ ਕਿ ਆਪਾਂ 5,000 ਕਰੋੜ ਦੀ ਚੀਜ਼ 1,000 'ਚ ਲੈ ਲਈ।